ये पिंड का ना वाटर ट्रीटमेंट प्लांट है जिहड़ा भी सारा घर का वेस्टेज पानी है इत्थे आउंदा ते इहनू फिर ट्रीट करके जिहड़े अपने खेत आले दुआले उन्हां नू इह छड्डदे आ भी जिहड़ा जिहड़ा फिर तां करके भी जिहड़ा अपना धरती वाला पानी उह बच सके पीण वाला पिंड दी ढाल जिहड़े पासे नू इधर दी जिन्ने क घरां दी ढाल आउंदी अद्धे आबादी दी उह पानी है जिहड़ा घरां दा आपां नहाउणे आ जां धोणे आ जिहड़ा ਉਹ ਪਾਣੀ ਇੱਥੇ ਆਉਂਦਾ ਇਹਨੂੰ ਟ੍ਰੀਟ ਕਰਕੇ ਫਿਰ ਖੇਤਾਂ ਨੂੰ ਸਪਲਾਈ ਕਰਦੇ ਜਾਂ ਸੋਲਰ ਪਲਾਂਟ ਫਿਰ ਸੋਲਰ ਪਲਾਂਟ ਇਹ ਮੋਟਰ ਨਾਲ ਭਾਈ ਚੱਲਦਾ ਉੱਪਰ ਠੀਕ ਹੈ ਉੱਪਰ ਉਹ ਲੱਗੀ ਆਪਣੀ ਟਰਬਾਈਨ ਲੱਗੀ ਆ ਤੇ ਜਿਹੜਾ ਮੇਨ ਦੀ ਜਿੰਨੀ ਲੋਡ ਪੈਂਦੀ ਉਹ ਸੋਲਰ ਤੋਂ ਪ੍ਰੋਡਿਊਸ ਕਰਦਾ ਹਾਂਜੀ ਵੀ ਜੇ ਸੋਲਰ ਤੇ ਚੱਲਦਾ ਸਾਡੇ ਜਿਹੜੇ ਆਈਐਸ ਪੰਨੂ ਸਾਹਿਬ ਨੇ ਤਾਂ ਤੱਕ ਉਹਨਾਂ ਨੇ ਅਡਾਪਟ ਕੀਤੀ ਹੋਈ ਹੋ ਸਾ ਸਵੇਰੇ ਸੀ छोटे जिमीदार वाले अद्धे किले आले पौने किले आला जिमीदार खेत दवाई पानी ए बाल्टी रख देंगे अपने सुखा सुखा मान के चकड़ा रहा पानी मिल के खेत इतों सप्लाई होंगी है जी सारे पिंड नूं गैस गोबर गैस जानी गोहे तो तैयार होंगी है गैस जिवें अपने घर गोबर गैस लगे हुए ने इन्हें ना सोसाइटी के गोबर गैस लाया हुआ प्रॉपर पूरे पिंड जानी कांगड़ा पिंड लांबड़ा पिंड कांगड़ी पिंड गो गो गैस जाती है इतों जानी आ नक्शा अंडरग्राउंड है हिसाब किताब तो उही है ना जी लिखा जी 25 फुट डूंगा 20 फुट चौड़ा है किन्ने घर गैस है ये 44 घर गैस है मीटर लगे हुए बिल आई जिन्या बरता सकता कोई 150-250-300 तक बस महीने नहीं वह जिदा अपने यूनिट हिसाब न पहलियाँ यूनिटा 8-8 रुपये यूनिट 10 रुपये यूनिट इदा करके है फिर गोबर कट्ठा कर दो पिंड गोबर कट्ठा करते अपना तोल के लीद अच्छा 8 रुपये क्वांटल ਗਿੱਲੇ ਗੋਹੇ ਦਾ ਸੁੱਕੇ ਦਾ ਕਿੰਨੇ ਕੀ ਪ੍ਰੋਡਕਟ ਦੇ ਰਿਹਾ ਹੈ ਸਟਾਰਟਿੰਗ ਹੋਈ ਹੈ ਜੀ ਆਪਣੀ ਸਟੱਡੀ ਦੀ 2000 ਇੰਨੀ ਸੁਸਾਇਟੀ ਦੀ ਇਹ ਤਾਂ 1920 ਦੀ ਰਜਿਸਟਰਡ ਆ ਜੀ 1900 ਆ ਹਿੰਦੂ ਆਪਣਾ ਵੰਡ ਤੋਂ ਪਹਿਲਾਂ ਦੀ ਆ ਸਾਡੇ ਕੋਲ ਸਰਟੀਫਿਕੇਟ ਵੀ ਹੈਗਾ ਪਾਕਿਸਤਾਨ ਦੀ ਮੋਹਰ ਵੀ ਲੱਗੀ ਹੋ ਉੱਤੇ ਠੀਕ ਹੈ ਜੀ ਹਾਂਜੀ ਹਾਂਜੀ ਰਜਿਸਟਰ ਹੋ ਗਿਆ ਹਾਂਜੀ 1920 ਦੇ ਵਿੱਚ ਰਜਿਸਟਰ ਹੋ ਗਿਆ ਇਹ ਕਦੋਂ ਲਾਇਆ ਜੀ ਤੁਸੀਂ ਇਹ 2016 ਮਾਰਚ 2016 8 रुपये
ਪਾਣੀ ਵਿੱਚ 50% ਗੋਹਾ 50% ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰਕੇ ਇਹ ਚੱਕ ਦੇਣਾ ਇਹਦੇ ਅੰਦਰ ਕਿੱਦਾਂ ਪਾ ਜਾਂਦਾ ਘਰੇ ਜੀ ਕਰ ਦਿੰਦੇ ਵੇਟ ਉੱਥੇ ਸਾਹਮਣੇ ਸਰ ਉੱਥੇ ਅੱਛਾ ਆ ਲੱਗਾ ਪਿਆ ਘੰਟਾ ਗੋਹਾ ਬਰੇ ਤਾਂ ਪਿੰਡੋ ਹੀ ਮਿਲ ਜਾਂਦਾ ਕਿ ਦੂਰੋਂ ਪਿੰਡੋ 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 ਸਰ ਮਿਲ ਜਾਂਦਾ ਇੱਥੇ ਮੀਟਰ 'ਤੇ ਸਾਡਾ ਡਰਾਈਵਰ ਹੁੰਦਾ ਨਾਲ ਨਾਲ ਨੋਟ ਕਰੀ ਜਾਂਦਾ ਕਿੰਨੇ ਕਿਲੋ ਫਿਰ ਜਦੋਂ ਸਿੱਟਿਆ ਮੈਂ ਜੀਰੋ ਕਰ ਲਿਆ ਉਹ ਫਿਰ ਹਾਂਜੀ ਨਹੀਂ ਟੋਕਰਾ ਟੁਕਰਾ ਰੱਖ ਕੇ ਮਿਲਦੇ ਫਿਰ ਹਾਂਜੀ ਹਾਂਜੀ ਟੋਕਰਾ ਲਵਾਉਂਦਾ ਹੁੰਦਾ ਚੱਕ ਕੇ ਇੱਥੇ ਰੱਖ ਲੈਣਾ ਇੱਥੇ ਚੱਕ ਕੇ ਵਿੱਚ ਮਾਰ ਲੈਣਾ ਠੀਕ ਹੈ ਉੱਧਰ ਲੱਗਿਆ ਹਾਂ ਮੀਟਰ ਲੱਗਾ ਦੇਖੀ ਜਾਣਾ ਡਰਾਈਵਰ ਨੂੰ ਦੱਸੀ ਜਾਣਾ ਉਹਨੇ ਨੋਟ ਕਰ ਲਿਆ ਟ੍ਰੈਕਟਰ ਹੀ ਬੜਾ ਜ਼ਬਰਦਸਤ ਆ ਨਿਕਲ ਉਹਦੇ ਕੰਡਾ ਲੱਗਿਆ ਹੋਇਆ ਮੈਂ ਜੀ ਤਸਵੀਰ ਤੇ ਬੈਠਾ ਬਹੁਤ ਆਉਂਦੇ ਤੇ ਖਿੱਚਣ ਲੱਗੇ ਜੀ ਲਾ ਪੈਣਾ ਹੀ ਮੈਂ ਗਿਆ ਖਾਦ ਬਣਦੀ ਸਪਲਾਈ ਵੀ ਕਰਦੇ 800 ਰੁਪਏ ਦਾ ਟੈਂਕਰ ਉਹ ਵੀ ਲੈ ਕੇ ਜਾ ਸਕਦੇ ਗੈਸ ਬਣਾਉਣ ਤੋਂ ਬਾਅਦ ਜਿਹੜੀ ਵੇਸਟੇਜ ਬਣ ਜਾਂਦੀ ਸਲੇਰੀ ਨੂੰ 800 ਰੁਪਏ ਟੈਂਕਰ 5000 5000 ਲੀਟਰ ਦੇ ਹਿਸਾਬ ਨਾਲ ਖਾਦ ਸਾਨੂੰ ਗੋਹਾ ਦੇ ਰਹੇ ਆ ਉਹਨਾਂ ਨੂੰ ਆਪਾਂ 600 ਰੁਪਏ ਦਾ ਦੇਈਏ ਉਹਨਾਂ ਨੂੰ 200 ਰੁਪਏ ਦਾ ਡਿਸਕਾਊਂਟ ਹੋ ਗਿਆ ਜਿਹੜਾ ਉਹਦਾ ਜ਼ਿਮੀਦਾਰ ਨੇ ਕਿਤੇ ਲੈ ਕੇ ਜਾਣਾ ਉਹ 800 ਰੁਪਏ ਦਾ ਇਹਦਾ ਤਾਂ ਬਹੁਤ ਫਾਇਦਾ ਆ ਆਪਣਾ ਸ਼ਾਮ 84 ਬੰਦਾ ਪਿਛਲੇ ਸਾਲ 45 ਟੈਂਕਰ ਪਵਾਏ ਨੇ ਭਾਈ 35 ਟੈਂਕਰ ਐਤਕੀ ਪਵਾਏ ਉਹ ਦੋ ਖੇਤਾਂ 'ਚ ਪਾਇਆ ਜਿੱਥੇ ਉਹਨੇ ਬੂਟੇ ਲਾਏ ਆ ਜਿੱਥੇ ਗੋਹਾ ਪਾਇਆ ਸੀ ਉਹ ਬੂਟੇ ਵੱਡੇ ਆ ਜਿੱਥੇ ਨਹੀਂ ਪਾਇਆ ਸੀ ਉਹ ਛੋਟੇ ਆ ਲੀਕੁਇਡ ਹੀ ਹੁੰਦਾ ਟਾਈਮ ਟੂ ਟਾਈਮ ਚੱਲਦੀ ਹੈ ਇਹ 24 ਘੰਟੇ ਨਹੀਂ ਗੈਸ ਛੱਡਣ ਦਾ ਟਾਈਮ ਜਿਵੇਂ ਸੁਬਾਹ ਸਵੇਰੇ ਸੁਬਾਹ ਤੇ ਸ਼ਾਮ ਦੁਪਹਿਰ ਦੁਪਹਿਰ ਨੂੰ ਵੀ ਚੱਲਦੀ ਹੈ ਕਿੰਨੇ ਕਿੰਨੇ ਟਾਈਮ ਚੱਲਦੇ ਸਵੇਰੇ 5 ਵਜੇ ਚੱਲਦੀ 5 ਵਜੇ ਚੱਲ 5 ਤੋਂ 12 ਵਜੇ ਤੱਕ ਆਟੋਮੈਟਿਕ ਟਾਈਮਰ ਲੱਗਾ ਹੈ ਨਹੀਂ ਘਰੇ ਜਿਵੇਂ ਸਟੋਰ ਵੀ ਬੰਦ ਕਰ ਦੇਣੀ ਹੈ ਆਪ ਹੀ ਚਲਾਉਣੀ ਹੈ 5 ਵਜੇ ਤੋਂ ਬਾਅਦ ਚਲਾਉਣੀ ਹੈ ਸ਼ਾਮ ਨੂੰ ਉਹ ਤਾਂ ਫਿਰ ਮੀਟਰ ਦੇ ਹਿਸਾਬ ਨਾਲ ਚੱਲਦੀ ਹੈ ਨਾ ਤਿੰਨ ਟਾਈਮਾਂ ਚ ਚਲਾਉਂਦੇ ਆ ਕਹਿੰਦੇ ਅਸੀਂ ਮੋਟਰ ਜਿਹੜੀ ਗੈਸ ਵਾਲੀ ਹੈ ਜਿਵੇਂ ਸਵੇਰੇ 5 ਤੋਂ 10 10:30 10:30 ਫਿਰ ਦੁਪਹਿਰੇ ਕਿੰਨੇ 12 ਤੋਂ 2:30 ਦੁਪਹਿਰੇ 12 ਤੋਂ 2:30 ਛੱਡਦੇ ਤੇ ਸ਼ਾਮ ਨੂੰ 4 ਤੋਂ 8 4 ਤੋਂ 8 ਉਹਦੇ ਵਿੱਚ ਰੋਟੀ ਪਾਣੀ ਬਣਾਉਣਾ ਉਹਦੇ ਨੰਬਰ ਉਹੀ ਟਾਈਮ ਹੁੰਦਾ ਸੀ ਟਾਈਮ ਹੁੰਦਾ ਰੋਟੀ ਪਾਣੀ ਵਧੀਆ ਨਾਲੇ ਸ਼ਡਿਊਲ ਦਾ ਟਾਈਮ ਟੇਬਲ ਬਣ ਜਾਂਦਾ ਹਾਂ ਹਾਂ ਸਹੀ ਗੱਲ ਹੈ ਟਾਈਮ ਟੇਬਲ ਵੀ ਆਪਣਾ ਕੀਤਾ ਹੋਇਆ ਜਨੇ ਨੂੰ ਅੱਛਾ ਤੇ ਮੈਂ ਕਿਹਾ ਸਾਨੂੰ ਵੀ ਟਾਈਮ ਦੇ ਹਿਸਾਬ ਨਾਲ ਟਾਈਮ ਉਹਨਾਂ ਨੇ ਆਪ ਤਾਂ ਜਿਹੜਾ ਹੈ ਗੁਰਮੀਤ ਬਾਜੀ ਉਹ ਖੋਲੀ ਮੜਾ ਜਾ ਉਧਰ ਉਹ ਲੋ ਖੋਲੀ ਉਹ ਸਿਲੰਡਰ ਲਾਇਓ ਜਿਹਦਾ ਗੈਸ ਦੇ ਵਿੱਚ ਮੋਚਰ ਬਣ ਜਾਂਦੀ ਨਾ ਪਾਣੀ ਜਾ ਉਹ ਸਿਲੰਡਰ ਦੇ ਵਿੱਚ ਇਕੱਠਾ ਹੋ ਜਾਊਗਾ ਥੱਲੇ ਥੱਲੇ ਰਹੂਗਾ ਗੈਸ ਹੀ ਸਿਰਫ ਅੱਗੇ ਜਾਊਗੀ
ਇਦਾਂ ਦੇ ਆਪਾਂ ਚਾਰ ਲਾਏ ਹੋਆ ਇਹ ਪਿੰਡ ਤੱਕ ਅੰਡਰਗਰਾਉਂਡ ਆ ਉਹ ਪਿੰਡ ਤੋਂ ਬਾਅਦ ਇਹ ਟਾਈਮਰ ਲਾਇਆ ਸੀ ਇਹ ਆਟੋਮੈਟਿਕ ਪਾਸ ਚੇਂਜ ਕਰਦਾ ਮੰਨ ਲਓ ਜੇ ਖਰਾਬ ਹੋ ਜਾਂਦਾ ਫਿਰ ਮੈਨੂਅਲ ਵੀ ਕੰਮ ਕਰ ਲੈਗਾ ਮਾਲ ਲੱਗਾ ਫਿਰ ਮੈਨੇਜਰ ਉਹਦੇ ਨਾਲ ਪ੍ਰੋਬਲਮ ਨਹੀਂ ਲੱਗਦਾ।